ਸੋ ਹੁਣ ਮੈਂ ਬੇਨਤੀ ਕਰਦਾ ਮਾਸਟਰ ਅਮਰਦੀਪ ਸਿੰਘ ਜੀ, ਜਿਹਨਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ, ਉਹ ਚੰਗੀ ਤਰ੍ਹਾਂ ਸੁਣਿਆ ਵੀ ਹੋਇਆ, ਉਹ ਵੀ 2 ਮਿੰਟ ਸੰਗਤਾਂ ਦੇ ਰੂਬਰੂ ਹੋਣਗੇ। ਇਹ ਤਾਂ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦਾ ਆਪਾਂ ਜਨਮ ਦਿਹਾੜਾ ਮਨਾ ਰਹੇ ਹਾਂ ਜੀ, ਇਹਦੇ ਵਿੱਚ ਪਾਰਟੀ ਦਾ ਕੋਈ ਰੋਲ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜੈ ਭੀਮ, ਜੈ ਭਾਰਤ। ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਆਪਾਂ ਜਨਮਦਿਨ ਦੀ ਖੁਸ਼ੀ ਦੇ ਵਿੱਚ ਇਕੱਠੇ ਹੋਏ ਹਾਂ, ਅਤੇ ਜਦੋਂ ਗੱਲ ਕਰਦੇ ਹਾਂ, ਭਾਗੀਆਂ ਸਾਹਿਬ ਨੇ ਗੱਲ ਕੀਤੀ ਹੈ ਕਿ ਹੱਥਾਂ ਦੀਆਂ ਲਕੀਰਾਂ ਸਾਡੀਆਂ ਬਣਾਉਣ ਲਈ ਉਸ ਮਾਤਾ ਨੇ ਕੁਰਬਾਨੀ ਕੀਤੀ, ਆਪਣੇ ਹੱਥਾਂ ਦੀਆਂ ਲਕੀਰਾਂ ਮਿਟ ਲਈਆਂ, ਪਾਥੀਆਂ ਪੱਤ ਪੱਤ ਕੇ ਅਤੇ ਉਹ ਪਾਥੀਆਂ ਉਸ ਵੇਲੇ ਵੇਚ ਵੇਚ ਕੇ ਉਹਨੇ ਆਪਣੇ ਪਤੀ ਨੂੰ ਪੜ੍ਹਨੇ ਪਾਇਆ। ਅਤੇ ਦੂਜੀ ਗੱਲ, ਗਿਆਸਪੁਰਾ ਜੀ ਨੂੰ ਭਾਗੀਆਂ ਸਾਹਿਬ ਨੇ ਬਹੁਤ ਸੁਨੇਹਾ ਦੇ ਕੇ ਗਏ ਆ, ਰਿਜ਼ਰਵ ਸੀਟ ਦੀ ਗੱਲ ਕਰਕੇ ਗਏ ਆ। ਅਤੇ ਜਦੋਂ ਆਪਾਂ ਭਾਰਤ ਰਤਨ ਡਾਕਟਰ ਅੰਬੇਦਕਰ ਸਾਹਿਬ ਨੂੰ ਦੇਖਦੇ ਹਾਂ, ਕੋਟ ਪਿੰਡ ਦੇ ਵਿੱਚ ਦੇਖਦੇ ਹਾਂ, ਟਾਈ ਲਾਈ ਵੀ ਦੇਖਦੇ ਹਾਂ, ਅਤੇ ਨਾਲ ਦੀ ਨਾਲ ਜਦੋਂ ਪਾਥੀਆਂ ਪੱਥਰ ਦੀ ਗੱਲ ਕਰਦੇ ਹਾਂ, ਅਤੇ ਉੱਥੇ ਜਾਤ ਪਾਤ ਜੇ ਸੋਚੀਏ ਤਾਂ ਉਹ ਵੀ ਪਤਾ ਲੱਗਦਾ ਕਿ ਉਹ ਬੀਬੀ ਉਹ ਮਾਤਾ ਕੌਣ ਸੀ, ਕਿਉਂਕਿ ਜਾਤਾਂ ਪਾਤਾਂ ਤੋੜ ਕੇ ਇਹਨਾਂ ਦੋਨਾਂ ਜੀਆਂ ਨੇ ਸਾਡੇ ਦੇਸ਼ ਨੂੰ ਅੱਗੇ ਲੈ ਕੇ ਗਏ ਨੇ। ਅਤੇ ਜਾਤ ਪਾਤ ਤੋੜਨ ਦੀ ਗੱਲ ਕਰੀ, ਉਹਨਾਂ ਨੇ ਗੱਲਾਂ 'ਚ ਨਹੀਂ ਦੱਸੀ, ਲਿਖੀ ਨਹੀਂ, ਉਹਨਾਂ ਨੇ ਪ੍ਰੂਫ ਵੀ ਕਰਕੇ ਦਿਖਾਈ ਸੀ। ਅਤੇ ਅਗਲੀ ਗੱਲ ਜਿਹੜੀ ਅੱਜ ਆਪਾਂ ਇਕੱਠੇ ਹੋਏ ਹਾਂ, ਉਹਨਾਂ ਜਨਮ ਉਹਨਾਂ ਦੇ ਜਨਮ ਦੀ ਖੁਸ਼ੀ ਦੇ ਵਿੱਚ ਇੱਕ ਹੋਰ ਐਗਜ਼ਾਮਪਲ ਦਿੱਤੀ ਆ ਸਾਡੇ ਜਿਹੜੇ ਇਸ ਵੇਲੇ ਗਿਆਨ ਚੰਦ ਜੀ ਜਿਹੜੇ ਗਾ ਰਹੇ ਸੀ ਕਿ ਸਾਡੇ ਦੇਸ਼ ਦੀ ਪ੍ਰਧਾਨ ਮੰਤਰੀ ਬਣੀ ਆ, ਅਤੇ ਉਹਨੂੰ ਵੀ ਪਹਿਲੀ ਵਾਰੀ ਸੁਨੇਹਾ ਇਹੋ ਦਿੱਤਾ ਗਿਆ ਸੀ ਕਿ ਬੀਬੀ ਜੇ ਮੱਥਾ ਟੇਕਣਾ ਧੰਨਵਾਦ ਕਰਨਾ ਪਹਿਲਾਂ ਇਹਨਾਂ ਦਾ ਜਾ ਕੇ ਕਰ, ਜਿਨ੍ਹਾਂ ਦੇ ਸੰਵਿਧਾਨ ਦੀ ਕਰਕੇ ਸਾਡੇ ਦੇਸ਼ ਦੀਆਂ ਔਰਤਾਂ ਨੂੰ, ਬੱਚੀਆਂ ਨੂੰ ਬਰਾਬਰੀ ਦਾ ਅਧਿਕਾਰ ਮਿਲਿਆ, ਪੜ੍ਹਨ ਦਾ ਅਧਿਕਾਰ ਮਿਲਿਆ, ਕਿਉਂਕਿ ਉਸ ਤੋਂ ਪਹਿਲਾਂ ਸਾਡੇ ਦੇਸ਼ ਦੀਆਂ ਔਰਤਾਂ ਨੂੰ ਅਤੇ ਅੱਜ ਵੀ ਚਾਹੇ ਉਹ ਕਿਸੇ ਕਾਸਟ ਕਮਿਊਨਿਟੀ ਰੰਗ ਧਰਮ ਨਸਲ ਨੂੰ ਬਿਲੋਂਗ ਕਰਦੀਆਂ ਨੇ, ਸਭ ਨੂੰ ਸ਼ੂਦਰ ਕਿਹਾ ਜਾਂਦਾ। ਸ਼ੂਦਰ ਮੈਂ ਅਧਿਆਪਕ ਹਾਂ ਅਤੇ ਮੈਂ ਸਮਾਜਿਕ ਸਿੱਖਿਆ ਦਾ ਅਧਿਆਪਕ ਹਾਂ, ਅਤੇ ਇਹ ਗੱਲ ਭਲੀ ਭਾਂਤ ਜਾਣਦਾ ਕਿ ਪੂਰੇ ਭਾਰਤ ਦੀਆਂ ਪੂਰੀਆਂ ਔਰਤਾਂ ਨੂੰ ਸ਼ੂਦਰ ਕਿਹਾ ਗਿਆ। ਇਸ ਲਈ ਉਹਨਾਂ ਦਾ ਵੇਚ ਵੱਟ ਹੁੰਦੀ ਸੀ, ਇਸ ਲਈ ਉਹਨਾਂ ਨੂੰ ਜੂਆਂ ਦੇ ਜੂਏ ਦੇ ਵਿੱਚ ਦਾਅ ਤੇ ਲਾ ਕੇ ਹਾਰਿਆ ਜਾਂਦਾ ਸੀ, ਇਸ ਲਈ ਉਹਨਾਂ ਨੂੰ ਰਾਜ ਭਾਗ ਦਿਵਾਉਣ ਲਈ ਦੇ ਦਿੱਤਾ ਜਾਂਦਾ ਸੀ, ਵਿਆਹ ਦਿੱਤਾ ਜਾਂਦਾ ਸੀ, ਪੌਣੀ ਸੌਂਪ ਦਿੱਤਾ ਜਾਂਦਾ ਸੀ। ਮਕਸਦ ਮੁੱਖ ਦੀ ਗੱਲ ਇਹ ਆ, ਡਾਕਟਰ ਭੀਮ ਰਾਓ ਅੰਬੇਦਕਰ ਨੇ ਇਤਿਹਾਸ ਸਿਰਜਿਆ, ਸਾਡੇ ਗੁਰੂਆਂ ਪੀਰਾਂ ਪੈਗੰਬਰਾਂ ਨੇ, ਆਪਾਂ ਗੁਰਦੁਆਰੇ ਦੇ ਵਿੱਚ ਖੜੇ ਹਾਂ, ਉਹਨਾਂ ਨੇ ਗੁਰਬਾਣੀ ਦੇ ਵਿੱਚ ਲਿਖਤਾ ਔਰਤ ਨੂੰ ਬਰਾਬਰੀ ਦਾ ਹੱਕ ਦਿੱਤਾ, ਸਾਰੇ ਸਮਾਜ ਦੀਆਂ ਜਾਤਾਂ ਪਾਤਾਂ ਤੋੜ ਕੇ ਬਰਾਬਰੀ ਦਾ ਹੱਕ ਦਿੱਤਾ। ਪਰੰਤੂ ਅਸਲੀ ਜਦੋਂ ਆਪਾਂ ਗੱਲ ਕਰਦੇ ਹਾਂ, ਕਾਨੂੰਨ ਦੇ ਵਿੱਚ ਬੰਨ੍ਹ ਦਿੱਤਾ, ਕਾਨੂੰਨ ਦਾ ਹਥਿਆਰ ਸਾਨੂੰ ਦੇ ਦਿੱਤਾ, ਵੋਟ ਦਾ ਬਰਾਬਰੀ ਦਾ ਅਧਿਕਾਰ ਦੇ ਦਿੱਤਾ। ਡਾਕਟਰ ਭੀਮ ਰਾਓ ਅੰਬੇਦਕਰ ਨੇ ਸਾਡਾ ਸੰਵਿਧਾਨ ਲਿਖ ਕੇ ਉਹਦੇ 'ਚ ਬਕਾਇਦਾ ਇਹ ਹੱਕ ਦਿੱਤਾ ਅਤੇ ਨਾਲ ਦੀ ਨਾਲ ਕਾਨੂੰਨ ਦੇ ਵਿੱਚ ਬੰਨ੍ਹ ਦਿੱਤਾ। ਜੇ ਕੋਈ ਇਸ ਗੱਲ ਨੂੰ ਨਹੀਂ ਮੰਨਦਾ ਤਾਂ ਉਹਦੇ ਉੱਤੇ ਕਾਨੂੰਨ ਦਾ ਡੰਡਾ, ਕਾਨੂੰਨ ਦੀ ਤਲਵਾਰ ਕੰਮ ਕਰਦੀ ਆ। ਇਸ ਲਈ ਅੱਜ ਆਪਾਂ ਇਕੱਠੇ ਹੋਏ ਹਾਂ, ਰਲ ਮਿਲ ਕੇ ਉਹਨਾਂ ਦਾ ਜਨਮ ਦਿਨ ਮਨਾ ਰਹੇ ਹਾਂ ਅਤੇ ਲਗਾਤਾਰ ਕੰਮ ਕਰ ਰਹੇ ਹਾਂ ਕਿ ਸਮਾਜ ਅੱਗੇ ਵਧੇ। ਉੱਠੇ ਜਾਗੇ, ਪੜ੍ਹੋ ਜਾਗੋ, ਸੰਘਰਸ਼ ਕਰੋ, ਉੱਠੋ। ਡਾਕਟਰ ਅੰਬੇਦਕਰ ਦਾ ਇਹ ਨਾਂ ਸੀ, ਲਗਾਤਾਰ ਮਿਹਨਤ ਕਰੀਏ। ਮੈਂ ਇੱਕ ਗੱਲ ਲਾਸਟ ਕਹਿ ਕੇ ਇੱਥੋਂ ਜਾਵਾਂਗਾ, ਆਪਣੀ ਸੀਟ ਲੈਂਦਾ, ਕਿ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਪੜ੍ਹਾਓ, ਖੁਦ ਜ਼ਿਆਦਾ ਤੋਂ ਜ਼ਿਆਦਾ ਪੜ੍ਹੋ, ਗਿਆਨ ਲਓ। ਸਕੂਲਾਂ ਕਾਲਜਾਂ ਦੇ ਵਿੱਚ ਆਪਾਂ ਨੂੰ ਵਿੱਦਿਆ ਦੇ ਸੰਸਥਾਵਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਐਡਮਿਸ਼ਨਸ ਫ੍ਰੀ ਨੇ, ਕਈ ਤਰ੍ਹਾਂ ਦੇ ਵਜ਼ੀਫੇ ਨੇ। ਜੇ ਨਹੀਂ ਯਾਦ ਆਉਂਦਾ, ਨਹੀਂ ਪਤਾ ਲੱਗਦਾ, ਤਾਂ ਜਿਹੜੇ ਲੋਕੀ ਗਿਆਨ ਲੈ ਚੁੱਕੇ ਆ, ਤੁਹਾਡੇ ਕੋਲ ਹਰਪ੍ਰੀਤ ਸਿੰਘ ਐਡਵੋਕੇਟ ਜਮਾਲਪੁਰ ਖੜੇ ਨੇ, ਇਹਨਾਂ ਦੇ ਆਫਿਸ ਜਾ ਕੇ ਗੱਲਬਾਤ ਕਰੋ। ਕੋਈ ਵੀ ਬੱਚਾ ਚਾਹੇ ਕਿਸੇ ਵੀ ਧਰਮ ਨਸਲ ਕੌਮ ਦਾ, ਉਹ ਅਲੱਗ ਅਲੱਗ ਤਰ੍ਹਾਂ ਦੀਆਂ ਪੜ੍ਹਾਈਆਂ ਦੇ ਵਿੱਚ ਮੁਫ਼ਤ ਦਾਖਲੇ ਨੇ,
ਹਰੇਕ ਤਰ੍ਹਾਂ ਦਾ ਇਨਸਾਨ ਕਿਸੇ ਵੀ ਜਾਤ ਕੌਮ ਨੂੰ ਬਿਲੋਂਗ ਕਰਦਾ। ਮੈਂ ਇੱਥੇ ਖੜ ਕੇ ਗੱਲ ਕਹਿ ਰਿਹਾ ਕਿ ਇਹਨਾਂ ਤੋਂ ਗਾਈਡੈਂਸ ਲਓ। ਗਿਆਸਪੁਰਾ ਜੀ ਆਪ ਬੜੇ ਪੜ੍ਹੇ ਲਿਖੇ ਨੇ, ਜ਼ਿਆਦਾ ਤੋਂ ਜ਼ਿਆਦਾ ਆਪਣੇ ਬੱਚਿਆਂ ਨੂੰ ਪੜ੍ਹਾਓ, ਪੈਸੇ ਕਰਕੇ ਜਾਂ ਘਰ ਦੀਆਂ ਤੰਗੀਆਂ ਤੁਰਸ਼ੀਆਂ ਕਰਕੇ ਘਰ ਨਾ ਬਿਠਾਓ। ਆਪਣੇ ਕੋਲ ਸੈਂਟਰਲ ਟੂਲ ਰੂਮ ਇੱਕ ਇਹੋ ਜਿਹਾ ਅਦਾਰਾ ਜਿਹੜਾ ਭੰਡਾਰੀ ਦੇ ਵਿੱਚ ਟੋਟਲੀ ਉੱਥੇ ਫ੍ਰੀ ਐਜੂਕੇਸ਼ਨ ਆ, ਜੇ 3 ਲੱਖ ਤੱਕ ਦੀ ਕਮਾਈ ਆ ਆਪਣੇ ਘਰਦਿਆਂ ਦੀ, ਜਾਤ ਕੋਈ ਵੀ ਹੋਵੇ। ਇੱਕ ਮੈਂ ਛੋਟੀ ਜਿਹੀ ਧਾਰਨ ਦੇ ਕੇ ਆਪਣੀ ਸੀਟ ਲੈਣਾ। ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।